ਯੀਸ਼ੂ ਪਰ ਮੁਕੱਦਮਾ ਚੱਲਦਾ ਹੈ। ਹੁਣ ਇਹ ਅੱਧੀ ਰਾਤੀ ਦਾ ਵਕਤ ਥਾ। ਸਹਿ ਸੈਨਿਕ ਯੀਸ਼ੂ ਜੋ ਮਹਾਜਾਜਕੇ ਦੇ ਘਰੇ ਜੋ ਲੈ ਆਏ, ਕਜੋ ਕਿ ਸਹਿ ਯੀਸ਼ੂ ਲਾ ਸਵਾਲ ਕਰਨਾ ਚਾਹੁੰਦਾ ਥਾ। ਪਤਰਸ ਦੂਰੇ ਲਾ ਉਹਨਾਂ ਦਾ ਪੀਛਾ ਕਰਾਦਾ ਥਾ। ਜਲ ਉਹ ਸੈਨਿਕ ਯੀਸ਼ੂ ਜੋ ਘਰੇ ਅੰਦਰ ਲੈ ਗਏ ਤਾਂ ਪਤਰਸ ਬਾਹਰ ਰੁਕੀ ਕਰੀ ਅੱਗ ਤਪਣਾ ਲਗਾ। ਘਰੇ ਦੇ ਅੰਦਰ ਯਹੂਦੀ ਅਗਵਾਇਆ ਯੀਸ਼ੂ ਪਰ ਮੁਕੱਦਮਾ ਚਲਾਇਆ। ਸਹਿ ਉਹਦੇ ਖਿਲਾਫ ਝੂਠੀਆਂ ਗੱਲਾਂ ਬੋਲਣੇ ਤਾਈ ਮਤੇ ਝੂਠੇ ਗਵਾਹ ਜੋ ਲੈ ਕਰੀ ਆਏ। ਹਾਲਾਂਕਿ ਉਹਨਾਂ ਦੀਆਂ ਗੱਲਾਂ ਇੱਕ ਦੂਜੇ ਲਾ ਸਹਿਮਤ ਨਹੀਂ ਥੀਆਂ। ਇਸ ਤਾਈ ਯਹੂਦੀ ਅਗਵੇ ਇਹ ਸਾਬਿਤ ਨਹੀਂ ਕਰੀ ਸਕੇ ਕਿ ਯੀਸ਼ੂ ਕੁਸੀ ਗੱਲਾਂ ਦਾ ਦੋਸ਼ੀ ਥਾ। ਯੀਸ਼ੂ ਕੁਛ ਨਹੀਂ ਬੋਲਿਆ। ਆਖਰੀ ਚ ਮਹਾਜਾਜਕੇ ਸਿੱਧੇ ਯੀਸ਼ੂ ਪਾਸੇ ਦਿਖੀ ਕਰੀ ਬੋਲਿਆ, ਸਾਂਝੋ ਦੱਸ ਕਿ ਕਿਆ ਤੂੰ ਹੀ ਜਿੰਦੇ ਪਰਮੇਸ਼ਰੇ ਦਾ ਪੁੱਤਰ ਮਸੀਹ ਹੈ? ਯੀਸ਼ੂ ਬੋਲਿਆ, ਮੈਂ ਹੀ ਹੈ। ਕੰਨੇ ਤੁਸਾਂ ਮਿੰਜੋ ਪਰਮੇਸ਼ਰੇ ਸੋਗੀ ਬੈਠਿਆ ਹੋਇਆ ਕੰਨੇ ਸਵਰਗੇ ਲਾ ਆਉਂਦਾ ਵੀ ਦਿਖਿਆ। ਮਹਾਜਾਜਕੇ ਆਪਣੇ ਕੱਪੜੇ ਫਾੜੀ ਲੇ, ਕਜੋ ਕਿ ਜਿਹੜਾ ਯੀਸ਼ੂ ਬੋਲਿਆ ਉਸਾ ਗੱਲਾਂ ਪਰ ਬੜਾ ਗੁੱਸਾ ਥਾ। ਸਹਿ ਔਰ ਅਗਵਾਇਆ ਜੋ ਬਕਿਆ, ਸਾਂਝੋ ਇਹ ਦੱਸਣੇ ਤਾਈ ਉਸੀ ਔਰ ਗਵਾਹ ਦੀ ਜ਼ਰੂਰਤ ਨਹੀਂ ਹੈ ਕਿ ਇੰਨੀ ਮਾਣੂਏ ਕਿਆ ਕੀਤਾ ਹੈ। ਤੁਸਾਂ ਆਪੂ ਹੀ ਉਸਿਓ ਇਹ ਬੋਲਦੇ ਸੁਣਿਆ ਹੈ ਕਿ ਸਹਿ ਪਰਮੇਸ਼ਰੇ ਦਾ ਪੁੱਤਰ ਹੈ। ਉਹਦੇ ਬਾਰੇ ਚ ਤੁਹਾਡਾ ਕਿਆ ਫੈਸਲਾ ਹੈ? ਸਾਰੇ ਯਹੂਦੀ ਅਗਵਾਇਆ ਮਹਾਜਾਜਕ ਜੋ ਜਵਾਬ ਦਿੱਤਾ, ਸਹਿ ਮਰਨੇ ਦੇ ਕਾਬਿਲ ਹੈ। ਕੱਲ ਉਹਨਾਂ ਯੀਸ਼ੂ ਦੀਆਂ ਅੱਖੀ ਪਰ ਪੱਟੀ ਬੰਨ੍ਹੀ ਦਿੱਤੀ, ਉਸ ਪਰ ਥੁੱਕਿਆ, ਉਸਿਓ ਮਾਰਿਆ, ਕੰਨੇ ਉਹਦਾ ਮਜ਼ਾਕ ਉਡਾਇਆ। ਕੰਨੇ ਪਤਰਸ ਜਾਲੂ ਸਹਿ ਘਰੇ ਬਾਹਰ ਇੰਤਜ਼ਾਰ ਕਰਾਂਦਾ ਥਾ, ਤਾਲੂ ਇੱਕੀ ਦਾਸੀਆ ਉਸਿਓ ਦਿਖਿਆ। ਉਨੀ ਉਸਿਓ ਬੋਲਿਆ, ਤੂੰ ਵੀ ਯੀਸ਼ੂ ਸੋਗੀ ਥਾ? ਪਤਰਸ ਮਨਾ ਕਰੀ ਦਿੱਤਾ। ਵਾਦੇ ਚ ਕੁਨੀ ਔਰ ਕੁੜੀਆ ਵੀ ਇਹੀ ਗੱਲ ਬੋਲੀ, ਕੰਨੇ ਪਤਰਸ ਫਿਰੀ ਮਨਾ ਕਰੀ ਦਿੱਤਾ। ਆਖਰੀ ਚ ਕੁਛ ਲੋਕਾਂ ਬੋਲਿਆ, ਅਸਾਂ ਜਾਣਦੇ ਨਾ ਕਿ ਤੂੰ ਯੀਸ਼ੂ ਸੋਗੀ ਥਾ, ਕਜੋ ਕਿ ਤੁਸਾਂ ਦੋਨੋ ਗਲੀਲ ਲਾ ਨ। ਪਹਿਲੂ ਪਤਰਸ ਬੋਲਿਆ, ਅਗਰ ਮੈਂ ਇਸ ਮਾਣੂ ਜੋ ਜਾਣਦਾ ਹੈ ਤਾਂ ਪਰਮੇਸ਼ਰ ਮਿੰਜੋ ਸ਼ਰਾਪ ਦੇ। ਤਾਲੂ ਹੀ ਪਤਰਸ ਜੋ ਇਹਾਂ ਬੋਲਣੇ ਬਾਅਦ ਇੱਕ ਮੁਰਗੇ ਵਾਂਗ ਦਿੱਤੀ। ਯੀਸ਼ੂ ਪਿੱਛੇ ਮੁੜੀ ਕਰੀ ਪਤਰਸ ਜੋ ਦਿਖਿਆ, ਪਤਰਸ ਉੱਥੋਂ ਲਾ ਚਲੀ ਗਿਆ, ਕੰਨੇ ਜੋਰੇ ਜੋਰੇ ਨਾਲ ਰੋਇਆ। ਤਾਲੂ ਹੀ ਯੀਸ਼ੂ ਜੋ ਪਕੜਨੇ ਵਾਲੇ ਯਹੂਦਾ ਦੇਖਿਆ ਕਿ ਯਹੂਦੀ ਅਗਵਾਇਆ ਯੀਸ਼ੂ ਜੋ ਮੌਤ ਦੀ ਸਜ਼ਾ ਦਿੱਤੀ ਹੈ। ਯਹੂਦਾ ਬੜਾ ਦੁਖੀ ਹੋਈ ਗਿਆ, ਕੰਨੇ ਉਨੀ ਜਾਈ ਕਰੀ ਖੁਦ ਖੁਸ਼ੀ ਕਰੀ ਲਈ। ਹੁਣ ਉਸ ਦੇਸ਼ ਦਾ ਰਾਜਪਾਲ ਪਿਲਾਤੁਸ ਥਾ, ਸਹਿ ਰੋਮ ਤਾਈ ਕੰਮ ਕਰਦਾ ਥਾ। ਯਹੂਦੀ ਅਗਵੇ ਯੀਸ਼ੂ ਜੋ ਉਦੇ ਵੱਲ ਲੈ ਕਰੀ ਆਏ, ਸਹਿ ਚਾਹੁੰਦੇ ਥੇ ਕਿ ਪਿਲਾਤੁਸ ਉਸਿਓ ਮੌਤ ਦੀ ਸਜ਼ਾ ਦੇ, ਕੰਨੇ ਉਸਿਓ ਮਾਰੀ ਦੇ। ਤਾਲੂ ਪਿਲਾਤੁਸ ਯੀਸ਼ੂ ਲਾ ਪੁੱਛਿਆ, ਕਿਆ ਤੂੰ ਯਹੂਦੀਆਂ ਦਾ ਰਾਜਾ ਹੈ? ਯੀਸ਼ੂ ਜਵਾਬ ਦਿੱਤਾ,
तू सच ही बोलिया है, पर मेरा राज्य एथू धरती दा नहीं है। अगर होंदा तां मेरे दास मेरे ताई लड़ाई कर दे। मैं धरती पर परमेश्वर दे बारे च सच दसने ताई आया है। हर एक जना जड़ा सच ने प्यार करदा है से मेरी सुनदा है। पिलातुस ने बोलिया, तां सच क्या है? यीशु सोगी गल करने बाद पिलातुस बाहर लोकां दिया भीड़ा बल आया कने बोलिया, मिंजो ऐसी कोई वजह नहीं पता लगी कि जिस ताई इस माणुए जो मौत दी सजा हो। पर यहूदी अगवाया कने भीड़ा जोरे ने बोलिया, उसियो सूली पर चढ़ाई दिया। पिलातुस जवाब दिता, उन्नी कुछ भी गलत नहीं कीतिया, पर से और भी उच्चिया आवाजा च बोलना लगे। तालू पिलातुस तीजी बारी बोलिया, से दोषी नहीं है। पिलातुस डरी गया कि कुती भीड़ दंगे शुरू नहीं करी दे। इस ताई से अपने सैनिका ने यीशुए जो सूली पर चढ़ाने ताई मनी गया। रोमी सैनिका यीशुए जो कोड़े लाए कने उसियो राजे दे कपड़े पहनाए कने उदे सिरे पर कंडिया ने बनिया मुकुट रखिया। तालू से ए बोली करी उदा मजाक उड़ाना लगे, दिखा यहूदियां दा राजा। मती 26 दा 57 ला 27 दा 26, मरकुस 14 दा 53 ला 15 ला 15, लुका 22 दा 54 ला 23 ला 25, यूहन्ना 18 दा 12 ला 19 दा 16 ला एक बाइबल दी कहानी।